ਆਵਾਜ਼ੇ ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਸੀ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਇੱਕ ਡਰਾਮਾ ਦੱਸ ਰਹੀਆਂ ਨੇ ਅਤੇ ਉੱਥੇ ਅਕਾਲੀ ਆਗੂ ਇਸ ਅਸਤੀਫੇ ਨੂੰ ਇਤਿਹਾਸਕ ਅਤੇ ਕਿਸਾਨਾਂ ਲਈ ਕੁਰਬਾਨੀ ਭਰਿਆ ਕਾਰਨ ਦੱਸ ਰਹੇ ਨੇ। ਅਕਾਲੀ ਆਗੂ ਬੇਸਾ ਸਿੰਘ ਬਲਟੋਹਾ ਦਾ ਕਹਿਣਾ ਹੈ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਲਈ ਲੋੜ ਪਈ ਤਾਂ ਅਕਾਲੀ ਦਲ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਹੁਣ ਵੀ ਜੋ ਖੇਤੀ ਸੰਬੰਧੀ ਆਰਡੀਨੈਂਸ ਪਾਰਲੀਮੈਂਟ ਵਿੱਚ ਪਾਸ ਕੀਤੇ ਤਾਂ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਸੰਘਰਸ਼ ਨੂੰ ਬਲ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਆਪਣਾ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਸਤੀਫੇ ਨੂੰ ਛੋਟਾ ਕਦਮ ਕਹਿਣ ਤੇ ਬਲਟੋਹਾ ਦਾ ਕਹਿਣਾ ਹੈ ਕਿ ਹਰਸਿਮਰਤ ਬਾਦਲ ਜੇਕਰ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਤਾਂ ਤੁਸੀਂ ਇਹੋ ਜਿਹਾ ਛੋਟਾ ਕਦਮ ਕਿਉਂ ਨਹੀਂ ਚੁੱਕਦੇ। ਕਿਹਾ ਕਿ 2019 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਦੋਂ ਖੇਤੀ ਆਰਡੀਨੈਂਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪ੍ਰਵਾਨਗੀ ਮੰਗੀ ਤਾਂ ਉਦੋਂ ਮੁੱਖ ਮੰਤਰੀ ਪੰਜਾਬ ਨੇ ਇਸ ਆਰਡੀਨੈਂਸ ਤੇ ਸਹਿਮਤੀ ਪ੍ਰਗਟਾ ਦਿੱਤੀ ਅਤੇ ਹੁਣ ਇਸ ਦਾ ਵਿਰੋਧ ਕਿਉਂ ਕਰ ਰਹੇ ਨੇ। ਅਕਾਲੀ ਭਾਜਪਾ ਗਠਜੋੜ ਦੇ ਭਵਿੱਖ ਵਿੱਚ ਬਰਕਰਾਰ ਰਹਿਣ ਤੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਅਤੇ ਕਿਸਾਨਾਂ ਦੇ ਬਿਹਤਰ ਭਵਿੱਖ ਦੇ ਲਈ ਅਕਾਲੀ ਦਲ ਨੂੰ ਕੋਈ ਵੀ ਵੱਡਾ ਫੈਸਲਾ ਲੈਣਾ ਪਿਆ ਤਾਂ ਉਹ ਜ਼ਰੂਰ ਲੈਣਗੇ। ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਕ ਫੈਸਲਾ ਲਿਆ ਜਿਹੜਾ ਉਹਦਾ ਫਰਜ਼ ਵੀ ਬਣਦਾ ਸੀ ਉਸ ਫਰਜ਼ ਦੀ ਅਦਾਇਗੀ ਕੀਤੀ ਹੈ ਔਰ ਹਮੇਸ਼ਾ ਹੀ ਜੇ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੇ ਮਜ਼ਦੂਰਾਂ ਲਈ ਕੋਈ ਲੜਿਆ ਹੈ ਬੀਤੇ ਦੇ ਵਿੱਚ ਇਹ ਇਤਿਹਾਸਕ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੜਿਆ ਅਤੇ ਅੱਜ ਜਦ ਕੇਂਦਰੀ ਹਕੂਮਤ ਵੱਲੋਂ ਜਿਹੜੇ ਬਿੱਲ ਲਿਆਂਦੇ ਗਏ ਨੇ ਜਿਹੜੇ ਆਰਡੀਨੈਂਸ ਲਿਆਂਦੇ ਗਏ ਨੇ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਿ ਸਭ ਤੋਂ ਪਹਿਲਾਂ ਕਿਸਾਨਾਂ ਦੀ ਸੰਤੁਸ਼ਟੀ ਕਰਾਓ ਜਿਹੜੇ ਕਿਸਾਨਾਂ ਨੂੰ ਖਦਸ਼ੇ ਆ ਉਹ ਦੂਰ ਕਰੋ ਜਿਹੜੇ ਕਿਸਾਨਾਂ ਨੂੰ ਸ਼ੰਕੇ ਨੇ ਉਹ ਦੂਰ ਕੀਤੇ ਜਾਣ। ਵਾਰ ਵਾਰ ਕੇਂਦਰ ਸਰਕਾਰ ਕੋਲ ਆਵਾਜ਼ ਉਠਾਉਣ ਦੇ ਬਾਵਜੂਦ ਕਿਸੇ ਨੇ ਸੁਣਵਾਈ ਨਹੀਂ ਕੀਤੀ ਔਰ ਅੱਜ ਪੰਜਾਬ ਦਾ ਕਿਸਾਨ ਚਿੰਤਾ 'ਚ ਹੈ ਕਿ ਆਉਣ ਵਾਲੇ ਸਮੇਂ 'ਚ ਮੇਰਾ ਕੀ ਬਣੂੰਗਾ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਕਾਨੂੰਨਾਂ ਦਾ ਇਹਨਾਂ ਬਿੱਲਾਂ ਦਾ ਪਾਰਲੀਮੈਂਟ ਦੇ ਵਿੱਚ ਡਟ ਕੇ ਵਿਰੋਧ ਕੀਤਾ ਹੈ ਔਰ ਇੱਥੋਂ ਤੱਕ ਕਿ ਆਪਣੇ ਫਰਜ਼ ਦੀ ਅਦਾਇਗੀ ਸਮਝਦੇ ਹੋਏ ਹਾਂ ਕਿਉਂਕਿ ਜਿਹੜੀਆਂ ਚੌਧਰਾਂ ਨੇ ਵਜ਼ੀਰੀਆਂ ਨੇ ਮਰਾਤਬੇ ਨੇ ਇਹ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪਾਏ ਨੇ ਔਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨਾਲ ਖੜ ਕੇ ਇੱਕ ਧੀ ਬਣ ਕੇ ਇੱਕ ਭੈਣ ਬਣ ਕੇ ਜਿਹੜਾ ਰੋਲ ਨਿਭਾਇਆ ਹੈ ਔਰ ਅਸਤੀਫਾ ਦੇ ਕੇ ਜੋ ਉਹਨਾਂ ਨੇ ਇਤਿਹਾਸ ਸਿਰਜਿਆ ਹੈ ਉਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹਨੀ ਥੋੜ੍ਹੀ ਹੈ। ਇਹ ਅਸੀਂ ਨਹੀਂ ਕੇਵਲ ਉਹਨਾਂ ਦੀ ਸ਼ਲਾਘਾ ਕਰਦੇ ਜਾਂ ਉਹਨਾਂ ਦੀ ਪ੍ਰਸ਼ੰਸਾ ਕਰਦੇ। ਕੱਲ੍ਹ ਪਾਰਲੀਮੈਂਟ ਦੇ ਅੰਦਰ ਕਾਂਗਰਸੀ ਜਿਹੜੇ ਮੈਂਬਰ ਨੇ ਉਹਨਾਂ ਦੇ ਜਿਹੜੇ ਨੇਤਾ ਨੇ ਹਾਊਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਅਧੀਰ ਰੰਜਨ ਚੌਧਰੀ ਜੀ ਉਹਨਾਂ ਨੇ ਵੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਹੋਏ ਅਸਤੀਫੇ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਦੀ ਜ਼ੁਰਤ ਦੀ ਪ੍ਰਸ਼ੰਸਾ ਕੀਤੀ ਹੈ ਕਿਸਾਨਾਂ ਨਾਲ ਖੜ੍ਹਨ ਦੀ ਪ੍ਰਸ਼ੰਸਾ ਕੀਤੀ ਹੈ। ਇਸ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਇਸ ਸਟੈਂਡ ਦੀ ਇਸ ਚੁੱਕੇ ਹੋਏ ਕਦਮ ਦੀ ਇਸ ਫਰਜ਼ ਦੀ ਕੀਤੀ ਹੋਈ ਅਦਾਇਗੀ ਦੀ ਵਿਰੋਧੀਆਂ ਨੇ ਵੀ ਜਿਹੜੀ ਹੈ ਉਹ ਪ੍ਰਸ਼ੰਸਾ ਕੀਤੀ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਦਿਲੋਂ ਵਧਾਈ ਦਿੰਦਾ ਹੈ ਮੁਬਾਰਕਬਾਦ ਦਿੰਦਾ ਹੈ ਔਰ ਉਹਨਾਂ ਦੇ ਕੀਤੇ ਹੋਏ ਫੈਸਲਿਆਂ ਦੀ ਸ਼ਲਾਘਾ ਕਰਦਾ ਹੈ ਔਰ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਡਟ ਕੇ ਉਹਨਾਂ ਦੀ ਖਾਤਰ ਲੜਾਈ ਲੜੇਗਾ। ਦੇਖੋ ਵਿਰੋਧੀ ਕੀ ਕਹਿੰਦੇ ਨੇ ਇਹਦੇ ਬਾਰੇ ਮੈਂ ਜਦ ਤੱਕ ਕਿੰਤੂ ਪਰੰਤੂ ਨਹੀਂ ਕਰੂੰਗਾ ਪਰ ਸਾਡੇ ਦੇਸ਼ ਦੇ ਪ੍ਰੋਟੋਕੋਲ ਦੇ ਮੁਤਾਬਕ ਜਿਹੜਾ ਕੇਂਦਰੀ ਮੰਤਰੀ ਦਾ ਅਹੁਦਾ ਆ ਉਹ ਇੱਕ ਸਟੇਟ ਦੇ ਮੁੱਖ ਮੰਤਰੀ ਤੋਂ ਵੀ ਉੱਤੇ ਹੈ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਕੋਈ ਦੂਜਾ ਅਹੁਦਾ ਆ ਤਾਂ ਉਹ ਕੇਂਦਰੀ ਬਾਜ਼ਾਰ ਦੇ ਵਿੱਚ ਮੰਤਰੀ ਦਾ ਹੈ। ਉਸ ਮੰਤਰੀਸ਼ਿਪ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ ਔਰ ਕਿਸਾਨੀ ਦੀ ਖਾਤਰ ਦਿੱਤਾ ਹੈ ਔਰ ਕਿਸਾਨ ਅੱਜ ਚਿੰਤਾ 'ਚ ਹੈ ਔਰ ਕਿਸਾਨ ਅੱਜ ਸੰਘਰਸ਼ ਦੇ ਰਾਹ 'ਤੇ ਹੈ ਸੜਕਾਂ 'ਤੇ ਹੈ ਵਿਰੋਧ ਪ੍ਰਗਟ ਕਰ ਰਿਹਾ ਹੈ ਅਤੇ ਉਸ ਵਿਰੋਧ ਨੂੰ ਸ਼ਕਤੀ ਦੇਣ ਲਈ ਕਿਸਾਨਾਂ ਦੇ ਸੰਘਰਸ਼ ਨੂੰ ਸ਼ਕਤੀ ਦੇਣ ਵਾਸਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ ਅਤੇ ਮੇਰੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਜਿਹਾ ਸਵਾਲ ਹੈ ਕੈਪਟਨ ਸਾਹਿਬ ਇਹੋ ਜਿਹੀ ਨਟੰਕੀ ਤੁਸੀਂ ਵੀ ਕਰਦੇ ਹੋ। ਬੀਬਾ ਹਰਸਿਮਰਤ ਕੌਰ ਬਾਦਲ ਦਾ ਅਹੁਦਾ ਤੁਹਾਡੇ ਤੋਂ ਵੱਡਾ ਸੀਗਾ ਉਹਨਾਂ ਨੇ ਠੋਕਰ ਮਾਰੀ ਹੈ ਉਹਨਾਂ ਨੇ ਉਹ ਛੱਡਿਆ ਹੈ
ਤੁਹਾਡਾ ਤਾਂ ਰਹੀ ਸਾਲ ਗਿਆ, ਉਹ ਤਾਂ 4 ਸਾਲ ਦੀ ਅਜੇ ਵਜ਼ੀਰੀ ਪਈ ਸੀਗੀ, ਕੇਂਦਰੀ ਬਾਜ਼ਾਰ ਦੀ 4 ਸਾਲ ਦੀ ਵਜ਼ੀਰੀ ਪਈ ਸੀ, ਕਿਸੇ ਤਰ੍ਹਾਂ ਦਾ ਕੋਈ ਖਤਰਾ ਵੀ ਨਹੀਂ ਸੀ, ਅਤੇ ਤੁਸੀਂ ਵੀ ਉਹ ਜਿਹੀ ਟੰਕੀ ਕਰਦੇ ਹੋ। ਇਹ ਗੱਲਾਂ ਕਰੋ ਪਰ ਸੱਚ ਬੋਲੋ, ਸੱਚ ਬੋਲੋ। ਔਰ ਤੁਸੀਂ ਉਹ ਲੋਕ ਜੇ ਇਹ ਕੈਪਟਨ ਸਾਹਿਬ ਕਿ ਜਦੋਂ ਜੁਲਾਈ 2019 ਦੇ ਵਿੱਚ ਇਹਨਾਂ ਆਰਡੀਨੈਂਸਾਂ ਨੂੰ ਇਸ ਕਾਨੂੰਨ ਨੂੰ ਲਿਆਉਣ ਵਾਸਤੇ ਜਿਹੜੀ ਡਰਾਫਟਿੰਗ ਕੀਤੀ ਗਈ ਸੀ ਉਹਦੇ ਵਾਸਤੇ ਜਿਹੜੀ ਹਾਈ ਪਾਵਰ ਕਮੇਟੀ ਬਣੀ ਸੀ ਉਹਨਾਂ ਮੁੱਖ ਮੰਤਰੀਆਂ ਦੇ ਵਿੱਚ ਤੁਸੀਂ ਵੀ ਸ਼ਾਮਿਲ ਸੀ। ਤੁਹਾਡੀ ਥਾਂ 'ਤੇ ਤੁਹਾਡਾ ਰੂਪ ਬਣ ਕੇ, ਤੁਹਾਡਾ ਨੁਮਾਇੰਦਾ ਬਣ ਕੇ, ਤੁਹਾਡੇ ਬਿਹਾਫ ਦੇ ਉੱਤੇ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਉਹਨਾਂ ਮੀਟਿੰਗਾਂ 'ਚ ਸ਼ਾਮਿਲ ਹੁੰਦੇ ਰਹੇ ਨੇ, ਹਰ ਨੁਕਤਾ ਨਿਗਾਹ 'ਤੇ, ਹਰ ਆਰਡੀਨੈਂਸ ਦੀ ਲਾਈਨ ਦੇ ਉੱਤੇ ਤੁਹਾਡੀ ਸਹਿਮਤੀ ਹੈ ਕਿ ਰਿਕਾਰਡ ਬੋਲਦਾ ਹੈ। ਅਤੇ ਹੁਣ ਤੁਸੀਂ ਹੋਰ ਹੀ ਗੱਲਾਂ ਕਰਦੇ ਜੀ, ਔਰ ਇਹ ਗੱਲਾਂ ਜੱਗ ਜ਼ਾਹਰ ਹੋ ਚੁੱਕੀਆਂ ਨੇ। ਔਰ ਇਹ ਵੀ ਸਵਾਲ ਉੱਠਦਾ ਹੈ ਕਿ ਕੈਪਟਨ ਸਾਹਿਬ ਤੁਹਾਨੂੰ ਪਤਾ ਸੀ ਕਿ ਕਿਸਾਨੀ ਵਾਸਤੇ ਅਜਿਹੇ ਆਰਡੀਨੈਂਸ ਆ ਰਹੇ ਨੇ, ਕਿਸਾਨੀ ਵਾਸਤੇ ਇਹੋ ਜਿਹਾ ਮਾਰੂ ਬਿੱਲ ਆ ਰਿਹਾ, ਇਹੋ ਜਿਹਾ ਕਾਨੂੰਨ ਆ ਰਿਹਾ। ਅਤੇ ਜਦੋਂ ਤੁਹਾਨੂੰ ਪਤਾ ਸੀ ਤਾਂ ਫਿਰ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਭ ਪਹਿਲਾਂ ਦੱਸਿਆ ਕਿਉਂ ਨਾ, ਪੰਜਾਬ ਦੇ ਲੋਕਾਂ ਦੇ ਸਾਹਮਣੇ ਅਜਿਹੀ ਗੱਲ ਦਾ ਪ੍ਰਗਟਾਵਾ ਕਿਉਂ ਨਾ ਕੀਤਾ ਕਿ ਕੇਂਦਰ ਸਰਕਾਰ ਕੋਈ ਅਜਿਹਾ ਕਾਨੂੰਨ ਲਿਆ ਰਹੀ ਹੈ ਜਿਹਨੂੰ ਨਾ ਕਾਂਗਰਸ ਪਾਰਟੀ ਉਹਦੇ ਨਾਲ ਸਹਿਮਤ ਹੈ ਅਤੇ ਨਾ ਪੰਜਾਬ ਸਰਕਾਰ ਸਹਿਮਤ ਹੈ। ਪਰ ਤੁਸੀਂ ਉਸ ਕਾਨੂੰਨ ਵਾਸਤੇ ਡਰਾਫਟਿੰਗ ਦੇ ਟਾਈਮ ਜਦੋਂ ਕਾਨੂੰਨ ਬਣ ਰਿਹਾ ਸੀ, ਉਹ ਲਿਖਿਆ ਜਾ ਰਿਹਾ ਸੀ, ਡਰਾਫਟ ਕੀਤਾ ਜਾ ਰਿਹਾ ਸੀ, ਉੱਥੇ ਤੁਸਾਂ ਅਤੇ ਤੁਹਾਡੀ ਸਰਕਾਰ ਨੇ ਅਤੇ ਤੁਹਾਡੇ ਵੱਲੋਂ ਭੇਜੇ ਹੋਏ ਤੁਹਾਡੇ ਨੁਮਾਇੰਦੇ ਮਨਪ੍ਰੀਤ ਸਿੰਘ ਬਾਦਲ ਨੇ ਹਰ ਅੱਖਰ ਦੀ ਸਹਿਮਤੀ ਦਿੱਤੀ ਹੈ। ਅੱਜ ਤੁਸੀਂ ਜੋ ਮਰਜ਼ੀ ਕਹੀ ਜਾਓ, ਤੁਸੀਂ ਸੱਚ ਤੋਂ ਭੱਜ ਨਹੀਂ ਸਕਦੇ। ਧਰਨੇ ਸ਼ਾਮਿਲ ਹੈਗੇ ਕਿਸਾਨਾਂ ਦੇ? ਬਿਲਕੁਲ ਜੀ, ਪਹਿਲੀ ਤਾਂ ਗੱਲ ਹੈ ਕਿ ਜਿਹੜੇ ਕਿਸਾਨੀ ਸੰਘਰਸ਼ ਚੱਲ ਰਿਹਾ ਆ, ਜਿਹੜੇ ਧਰਨੇ ਮੁਜ਼ਾਹਰੇ ਚੱਲ ਰਹੇ, ਉਹਨਾਂ ਦੇ ਵਿੱਚ ਪਹਿਲਾਂ ਹੀ ਸਾਡਾ ਜਿਹੜਾ ਕੇਡਰ ਆ ਉਹ ਵੱਡੇ ਪੱਧਰ 'ਤੇ ਜਿਹੜਾ ਆ ਉਹ ਇਸ ਕਿਸਾਨੀ ਮਸਲੇ ਨੂੰ ਲੈ ਕੇ ਪਹਿਲਾਂ ਹੀ ਸੜਕਾਂ ਦੇ ਉੱਤੇ ਕਿਸਾਨਾਂ ਦੇ ਨਾਲ ਹੈ, ਕਿਸਾਨ ਸੰਘਰਸ਼ ਕਮੇਟੀਆਂ ਦੇ ਨਾਲ ਹੀ ਪਹਿਲਾਂ ਹੀ ਸੰਘਰਸ਼ ਕਰ ਰਿਹਾ। ਪਰ ਹੁਣ ਪਾਰਟੀ ਕਿਹੋ ਜਿਹਾ ਪ੍ਰੋਗਰਾਮ ਉਲੀਕਦੀ ਹੈ, ਕੀ ਸੱਦਾ ਦਿੰਦੀ ਹੈ, ਕਿਹੋ ਜਿਹਾ ਰੂਪਰੇਖਾ ਉਲੀਕਦੀ ਹੈ, ਉਹਦੇ ਮੁਤਾਬਕ ਜਿਹੜਾ ਆ ਸਮੁੱਚੀ ਪਾਰਟੀ ਜਿਹੜੀ ਆ ਉਹਦੇ ਉੱਤੇ ਵੀ ਪਹਿਰਾ ਦੇਊ। ਭਵਿੱਖ 'ਚ ਕੋਈ ਗੱਲ ਨਹੀਂ, ਭਾਜਪਾ ਗੱਠਜੋੜ 'ਤੇ ਅਸਰ ਪੈ ਸਕਦਾ ਜੀ ਇਸ ਗੱਲ ਦਾ? ਦੇਖੋ, ਸਭ ਤੋਂ ਰਾਜਨੀਤੀ ਹੁੰਦੀ ਕਾਹਦੇ ਵਾਸਤੇ? ਪਹਿਲੀ ਤਾਂ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਰਾਜਨੀਤਿਕ ਪਾਰਟੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਕਿ ਇਹਨੇ ਦੇਸ਼ ਦੀ ਖਾਤਰ, ਪੰਜਾਬ ਦੀ ਖਾਤਰ, ਪੰਜਾਬ ਦੇ ਲੋਕਾਂ ਦੀ ਖਾਤਰ, ਸਿੱਖ ਕੌਮ ਦੀ ਖਾਤਰ ਲੰਮਾ ਸੰਘਰਸ਼ ਕੀਤਾ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਹਿਬਾਨ ਨੇ, ਵਰਕਰਾਂ ਨੇ ਲੰਬਾ ਸਮਾਂ ਜੇਲ੍ਹਾਂ ਕੱਟੀਆਂ ਨੇ। ਸਰ ਪ੍ਰਕਾਸ਼ ਸਿੰਘ ਬਾਦਲ ਨੇ ਲਗਭਗ 16 ਸਾਲ ਜੇਲ੍ਹ ਉਹਨਾਂ ਨੇ ਕੱਟੀ। ਇਸੇ ਤਰ੍ਹਾਂ ਹੀ ਹੋਰ ਵੀ ਆਗੂ ਸਾਹਿਬਾਨ ਨੇ ਜਿਨ੍ਹਾਂ ਨੇ ਲੰਬੀਆਂ ਜੇਲ੍ਹਾਂ ਕੱਟੀਆਂ ਨੇ। ਅਤੇ ਇਸ ਕਰਕੇ ਜਿਹੜਾ ਆ ਜਿੱਥੇ ਕਿਸਾਨੀ ਦੀ ਗੱਲ ਆਊ, ਪੰਜਾਬ ਦੇ ਲੋਕਾਂ ਦੀ ਗੱਲ ਆਊਗੀ, ਸਾਨੂੰ ਜੋ ਵੀ ਕਦਮ ਚੁੱਕਣਾ ਪਿਆ ਉਹ ਅਸੀਂ ਚੁੱਕਾਂਗੇ। ਔਰ ਜਿਹੜਾ ਗੱਠਜੋੜ ਬਾਰੇ ਫੈਸਲਾ ਆ ਉਹ ਵੀ ਤੁਹਾਡੇ ਸਾਹਮਣੇ ਮੇਰਾ ਖਿਆਲ ਹੈ ਕਿ ਥੋੜ੍ਹੇ ਸਮੇਂ ਤੱਕ ਸਾਰਾ ਕੁਛ ਆ ਜਾਊਗਾ, ਕਿਉਂਕਿ ਉਹ ਹਾਈਕਮਾਂਡ ਨੇ ਫੈਸਲਾ ਲੈਣਾ ਹੈ, ਪਾਰਟੀ ਦੀ ਕੋਰ ਕਮੇਟੀ ਨੇ ਫੈਸਲਾ ਲੈਣਾ ਹੈ, ਔਰ ਪੰਜਾਬ ਦੇ ਲੋਕਾਂ ਦੀ ਇੱਛਾਵਾਂ ਦੇ ਮੁਤਾਬਕ ਜਿਹੜਾ ਫੈਸਲਾ ਉਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਬਿਹਤਰੀ ਵਾਸਤੇ ਔਰ ਖਾਸ ਕਰਕੇ ਕਿਸਾਨੀ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ।